ਸਤਿ ਸ਼੍ਰੀ ਅਕਾਲ ਬਾਬੂ ਸ਼ਾਹੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਜੋ ਪ੍ਰਸ਼ਾਸਨਿਕ ਇੱਕ ਵੱਡੀ ਆਪਾਂ ਕਹਾਂਗਾ ਮੈਂ ਇਹਨੂੰ ਕਿ ਫੇਰ ਬਦਲ ਹੋਈ ਹੈ ਵਿਨੀ ਮਹਾਜਨ ਨੇ ਜੋ ਉਹ ਪੰਜਾਬ ਦੇ ਨਵੇਂ ਚੀਫ ਸੈਕਟਰੀ ਲੱਗੇ ਨੇ ਜੀ ਹਾਂ ਬਹੁਤ ਹੀ ਇੱਕ ਤੁਹਾਨੂੰ ਅਸੀਂ ਬਿਗ ਬ੍ਰੇਕਿੰਗ ਦੇ ਰਹੇ ਹਾਂ ਕਿ ਵਿਨੀ ਮਹਾਜਨ ਨੇ ਜੋ IAS ਉਹ ਪੰਜਾਬ ਦੇ ਨਵੇਂ ਚੀਫ ਸੈਕਟਰੀ ਲੱਗੇ ਨੇ ਅਤੇ ਇਸ ਵਕਤ ਉਹ ਜੋ ਕਰਨ ਅਵਤਾਰ ਸਿੰਘ ਨੇ ਉਹ ਚੀਫ ਸੈਕਟਰੀ ਸੀ ਜਿਨ੍ਹਾਂ ਦਾ ਕਾਫੀ ਪਿੱਛੇ ਜੇ ਤੁਸੀਂ ਸੁਰਖੀਆਂ ਦੇ ਵਿੱਚ ਵੀ ਉਹਨਾਂ ਦਾ ਨਾਮ ਰਿਹਾ ਹੈ ਉਹਨਾਂ ਦੀ ਜਗ੍ਹਾ ਉਹ ਲੈਣਗੇ ਅਤੇ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ babushahi.com ਦੇ ਐਡੀਟਰ ਬਲਜੀਤ ਬੱਲੀ ਜੀ ਸਕਾਈਪ ਦੇ ਥਰੂ ਉਹ ਸਾਡੇ ਨਾਲ ਜੁੜ ਚੁੱਕੇ ਨੇ ਬੱਲੀ ਜੀ ਤੋਂ ਜਾਣਾਂਗੇ ਪੂਰੀ ਇਹ ਕੀ ਜੋ ਹੇ ਫੇਰ ਬਦਲ ਹੋਏ ਨੇ ਇਹਨੂੰ ਕਿਸ ਤਰ੍ਹਾਂ ਦੇਖਦੇ ਨੇ ਬੱਲੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮਿਹਰਬਾਨੀ ਜੀ ਬੜੀ ਪੰਜਾਬ ਦੇ ਵਾਸਤੇ ਇਸ ਖਿੱਤੇ ਵਾਸਤੇ ਵੀ ਜੀ ਕਿ ਵਿਨੀ ਮਹਾਜਨ ਜਿਹੜੇ ਕਿ 1987 ਬੈਚ ਦੇ ਪੰਜਾਬ ਕਾਡਰ ਦੇ IAS ਅਫਸਰ ਨੇ ਜੀ ਜੀ ਉਹਨਾਂ ਨੂੰ ਪੰਜਾਬ ਦਾ ਨਵਾਂ ਚੀਫ ਸੈਕਟਰੀ ਲਾਇਆ ਗਿਆ ਜੀ ਉਹ ਕਰਨ ਏ ਸਿੰਘ ਦੀ ਥਾਂ ਲੈਣਗੇ ਕਰਨ ਅਵਤਾਰ ਸਿੰਘ ਦੀ ਜੀ ਜਿਹਨਾਂ ਨੂੰ ਸਪੈਸ਼ਲ ਚੀਫ ਸੈਕਟਰੀ ਲਾਇਆ ਗਿਆ ਤੇ ਜਿਵੇਂ ਕਿ ਤੁਸੀਂ ਦੱਸਿਆ ਪਿਛਲੇ ਦਿਨਾਂ 'ਚ ਕਾਫੀ ਕੰਟਰੋਵਰਸੀ ਵੀ ਸ਼ੁਰੂ ਹੋਈ ਸੀ ਇਹਨਾਂ ਦੀ ਜੀ 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 ਵਿਨੀ ਮਹਾਜਨ 1987 ਬੈਚ ਦੇ ਪੰਜਾਬ ਦੇ ਹੀ ਕਾਡਰ ਦੇ IAS ਨੇ ਤੇ ਉਹਨਾਂ ਦੇ ਅਜੇ ਅਗਸਤ ਦੇ ਵਿੱਚ ਰਿਟਾਇਰ ਹੋਣਾ ਸੀ ਕਰਨੇ ਸਿੰਘ ਨੇ ਠੀਕ ਹੈ ਸੋ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਅੱਜ ਇਹ ਪੰਜਾਬ ਦਾ ਮੁੱਖ ਸਕੱਤਰ ਲਾ ਦਿੱਤਾ ਗਿਆ ਠੀਕ ਹੈ ਤੇ ਇਸ ਦੇ ਨਾਲ ਹੀ ਇਹ ਵੀ ਹੈਗਾ ਕਿ ਪੰਜਾਬ ਦੀ ਪਹਿਲੀ ਵੂਮੈਨ ਚੀਫ ਸੈਕਟਰੀ ਹੋਣਗੇ ਉਹ ਵਿਨੀ ਮਹਾਜਨ ਠੀਕ ਹੈ ਠੀਕ ਹੈ ਇਸ ਤੋਂ ਪਹਿਲਾਂ ਬਲੀ ਜੀ ਇਸ ਤੋਂ ਪਹਿਲਾਂ ਨਹੀਂ ਕੋਈ ਵੂਮੈਨ ਚੀਫ ਸੈਕਟਰੀ ਬਣੇ ਪੰਜਾਬ ਦੇ ਵਿੱਚ ਅੱਜ ਤੱਕ ਮੈਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕੋਈ ਇਸ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਵੂਮੈਨ IAS ਅਫਸਰ ਲੇਡੀ IAS ਅਫਸਰ ਪੰਜਾਬ ਦੀ ਅੱਜ ਤੱਕ ਚੀਫ ਸੈਕਟਰੀ ਕੋਈ ਨਹੀਂ ਬਣੀ ਠੀਕ ਹੈ ਇਹ ਫਿਰ ਜਿਹੜੀ ਇਵੈਂਟ ਹੈਗਾ ਹਾਲਾਂਕਿ ਆਪਣੇ ਗੁਆਂਢ 'ਚ ਹਰਿਆਣੇ 'ਚ ਮੇਰੇ ਖਿਆਲ 3 ਹੁਣ ਤੱਕ ਬਣ ਚੁੱਕੀਆਂ ਨੇ ਜਿਹੜੀਆਂ ਲੇਡੀ ਚੀਫ ਸੈਕਟਰੀ ਠੀਕ ਹੈ ਉਹ ਤਾਂ ਭੈਣਾਂ ਹੀ ਬਣ ਚੁੱਕੀਆਂ ਨੇ ਠੀਕ ਹੈ ਜਿਹੜੀ ਸੈਕਟਰੀ ਹੈ ਇਹਦੇ ਇਹਨਾਂ ਦੀ ਭੈਣ ਵੀ ਪਹਿਲਾਂ ਸੀਗੀ ਪਰ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਇਹ ਪੰਜਾਬ ਦੇ ਵਿੱਚ ਵੂਮੈਨ ਚੀਫ ਸੈਕਟਰੀ ਲੇਡੀ ਚੀਫ ਸੈਕਟਰੀ ਪਹਿਲੀ ਇਹ ਜਿਹੜੀ ਹੈ ਹੋਇਆ ਤੇ ਇਸ ਦੇ ਨਾਲ ਇਹ ਵੀ ਹੈ ਕਿ ਇਹ ਵੀ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਕਿ ਚੀਫ ਸੈਕਟਰੀ ਤੇ ਪੰਜਾਬ ਦੇ DGP ਦੇ ਦੋਵੇਂ ਅਹੁਦੇ ਇੱਕੋ ਪਰਿਵਾਰ ਕੋਲ ਹੋਣ ਬਿਲਕੁਲ ਜੀ ਵਿਨੀ ਮਹਾਜਨ ਦੇ ਜਿਹੜੇ ਪਤੀ ਨੇ ਜੀ ਜੀ ਉਹ ਦਿਨਕਰ ਗੁਪਤਾ ਨੇ ਜਿਹੜੇ ਕਿ ਪੰਜਾਬ ਦੇ DGP ਨੇ ਜੀ ਸੋ ਇਹ ਜਿਹੜੇ ਪੰਜਾਬ ਦੇ ਜਿਹੜੇ ਦੋਵੇਂ ਮੁੱਖ ਅਹੁਦੇ ਨੇ ਬਿਊਰੋਕਰੈਟ ਅਹੁਦੇ ਨੇ ਜਿਹੜੇ ਪੁਲਿਸ ਤੇ ਸਿਵਲ ਦੇ ਜੀ ਉਹ ਦੋਵੇਂ ਹੀ ਇੱਕੋ ਪਰਿਵਾਰ ਦੇ ਕੋਲ ਨੇ ਵਿਨੀ ਮਹਾਜਨ ਚੀਫ ਸੈਕਟਰੀ ਤੇ ਉਹਨਾਂ ਦੇ ਹਸਬੈਂਡ ਜਿਹੜੇ ਉਹਨਾਂ ਦੇ ਪਤੀ ਦੇ ਪੰਜਾਬ ਦੀਆਂ ਜੋ ਮੁੱਖ ਪੋਸਟਾਂ ਨੇ ਦੋ ਉਹ ਇੱਕੋ ਪਰਿਵਾਰ ਦੇ ਵਿੱਚ ਆਈਆਂ ਹੋਣ ਨਹੀਂ ਪਹਿਲਾਂ ਇਹ ਨਹੀਂ ਆਈਆਂ ਵੈਸੇ ਪੋਸਟਾਂ ਹਸਬੈਂਡ ਵਾਈਫ IAS ਜੋੜੀਆਂ ਰਹੀਆਂ ਨੇ ਬਹੁਤ ਠੀਕ ਹੈ ਠੀਕ ਹੈ ਇੰਪੋਰਟੈਂਟ ਪੋਸਟਾਂ ਚਾਹੁੰਦੀਆਂ ਰਹੀਆਂ ਨੇ ਪਰ ਚੀਫ ਸੈਕਟਰੀ ਤੇ DGP ਦੀਆਂ ਦੋਵੇਂ ਪੋਸਟਾਂ ਪਹਿਲਾਂ ਇਸ ਤਰ੍ਹਾਂ ਨਹੀਂ ਇੱਕੋ ਫੈਮਿਲੀ ਕੋਲ ਰਹੀਆਂ ਠੀਕ ਹੈ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਹੈ ਠੀਕ ਹੈ ਵਿਨੀ ਮਹਾਜਨ ਦਾ ਬਹੁਤ ਲੰਮਾ ਤਜਰਬਾ ਹੈ ਬੜਾ ਜਿਹੜਾ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੈ ਉਹਨਾਂ ਦਾ ਜੀ ਜੀ ਉਹ ਬਹੁਤ ਅੱਛਾ ਉਹਨਾਂ ਦੇ ਜਿਹੜੇ ਕੈਰੀਅਰ ਤੇ ਕੋਈ ਕਿੰਤੂ ਪਰੰਤੂ ਵੀ ਨਹੀਂ ਹੈਗੇ ਬੜੇ ਐਫੀਸ਼ੀਐਂਟ ਏਬਲ ਔਰ ਬੜੀ ਇੰਟੈਲੀਜੈਂਟ ਜਿਹੜੀ IAS ਅਫਸਰ ਮੰਨੀ ਜਾਂਦੀ ਹੈ ਔਰ ਮਿਨਿਸਟਰ ਮੰਨੀ ਜਾਂਦੀ ਹੈ 8 ਸਾਲ ਦੇ ਕਰੀਬ ਉਹ ਸੈਂਟਰ ਦੇ ਵਿੱਚ ਡੈਪੂਟੇਸ਼ਨ ਤੇ ਰਹੇ ਨੇ ਜੀ ਜਿਹਦੇ ਵਿੱਚੋਂ ਲਗਭਗ 7 ਸਾਲ ਉਹ PMO ਦੇ ਵਿੱਚ ਪ੍ਰਾਈਮ ਮਿਨਿਸਟਰ ਆਫਿਸ 'ਚ ਉਹ ਉਹਨਾਂ ਨੇ ਕੰਮ ਕੀਤਾ ਜੀ ਸੋ ਸੈਂਟਰਲ ਗਵਰਨਮੈਂਟ ਦਾ ਕੰਮ ਕਰਨਾ ਪ੍ਰਾਈਮ ਮਿਨਿਸਟਰ ਦੇ ਆਫਿਸ 'ਚ ਉਹ ਉਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਆਫਿਸ ਤੁਹਾਨੂੰ ਪਤਾ ਹੈ ਕਿ ਬਹੁਤ ਚੋਣਵੇਂ ਅਫਸਰਾਂ ਨੂੰ ਲਿਆ ਜਾਂਦਾ ਜੀ ਜਿਹੜੇ ਕੈਫੀਸ਼ੀਐਂਟ ਕੈਪੇਬਲ ਹੁੰਦੇ ਨੇ ਰਿਜ਼ਲਟ ਓਰੀਐਂਟਡ ਹੁੰਦੇ ਨੇ ਫਾਈਲ ਦੇ ਮਾਹਰ ਹੁੰਦੇ ਨੇ ਡਰਾਫਟਿੰਗ ਦੇ ਮਾਹਰ ਹੁੰਦੇ ਨੇ ਉਹਨਾਂ ਨੂੰ ਹੀ PMO 'ਚ ਲਿਜਾਇਆ ਜਾਂਦਾ ਬਿਲਕੁਲ ਸੋ ਇਹ ਪ੍ਰਾਈਮ ਮਿਨਿਸਟਰ ਆਫਿਸ 'ਚ ਕੰਮ ਕਰ ਚੁੱਕੇ ਨੇ ਸੈਂਟਰਲ ਗਵਰਨਮੈਂਟ 'ਚ ਕੰਮ ਕਰਦੇ ਪੰਜਾਬ ਦੇ ਵੀ
ਪੋਸਟਾਂ ਹੈਗੀਆਂ ਨੇ ਡਿਸਟ੍ਰਿਕਟ ਤੋਂ ਲੈ ਕੇ, ਮੈਨੂੰ ਯਾਦ ਹੈ ਕਿ ਡੀਸੀ ਰੋਪੜ ਵੀ ਰਹੇ ਨੇ। ਅਸੀਂ ਇੱਕ ਤਾਂ ਮੈਂ ਅਜੀਤ ਅਖਬਾਰ ਚ ਹੁੰਦਾ ਸੀ, ਅਸੀਂ ਇੱਥੋਂ ਰੋਪੜ ਜਦੋਂ ਕਵਰ ਕਰਦੇ ਸੀ ਤਾਂ ਡੀਸੀ ਰੋਪੜ ਹੁੰਦੇ ਸੀ, ਤੇ ਵੱਖ ਵੱਖ ਜਿਹੜੀਆਂ ਅਹੁਦਿਆਂ ਤੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਲਗਭਗ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਇਹ ਕੰਮ ਕਰਦੇ ਰਹੇ ਨੇ। ਤੇ ਇਸ ਵੇਲੇ ਜਿਹੜਾ ਪੰਜਾਬ ਦਾ ਕੋਰੋਨਾ ਵਾਇਰਸ ਨੂੰ ਕਾਊਂਟਰ ਕਰਨ ਵਾਸਤੇ ਜਿਹੜੀ ਸਾਰੀ ਮੁਹਿੰਮ ਹੈ ਜੀ ਜੀ COVID-19 ਦੀ ਜਿਹੜੀ ਕੰਪੇਨ ਹੈ ਜੀ, ਇਸ ਵੇਲੇ ਐਡੀਸ਼ਨਲ ਚੀਫ ਸੈਕਟਰੀ ਦਾ ਇਹਨਾਂ ਦਾ ਡੈਜੀਗਨੇਸ਼ਨ ਸੀਗਾ, ਪਰ ਜਿਹੜੀ ਮੁਹਿੰਮ ਹੈਗੀ ਉਹਦੇ ਸਾਰਾ ਜਿਹੜਾ ਨੋਡਲ ਅਫਸਰ ਜਾਂ ਜੋ ਕੋਆਰਡੀਨੇਟਰ ਜਿਹੜੇ ਇੰਚਾਰਜ ਇਹ ਹੈਗੇ ਇਸ ਵੇਲੇ ਜੀ 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 ਇਸ ਵੇਲੇ ਜੀ ਪਿਛਲੇ ਕੁਛ ਸਮੇਂ ਤੋਂ ਜਦੋਂ ਜਿੰਦਾ ਇੱਕ ਜਿਹੜਾ ਕੋਰੋਨਾ ਵਾਇਰਸ ਦੇ ਖਿਲਾਫ ਫਾਈਟ ਪੰਜਾਬ ਚ ਕੰਮ ਕਰੀ, ਜਿਹੜਾ ਮਿਸ਼ਨ ਫਤਿਹ ਜਿਹੜਾ ਹੈ ਉਹਦੇ ਜਿਹੜੇ ਉਪਰਾ ਸੁਪਰਵੀਜ਼ਨ ਉਹ ਵਿਨੀ ਮਹਾਜਨ ਵੀ ਕਰ ਰਹੇ ਨੇ ਜੀ 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 ਬਲੀ ਜੀ ਕਰਨ ਅਵਤਾਰ ਜੀ ਬਾਰੇ ਬੜਾ ਸੁਰਖੀਆਂ ਦੇਖੀਆਂ ਨੇ ਆਪਾਂ ਸਾਰੇ ਮੀਡੀਆ ਦੇ ਵਿੱਚ ਵੀ ਪਿਛਲੇ ਦਿਨੀ ਕੀ ਹੋਇਆ, ਕਿ ਉਸ ਚੀਜ਼ ਦਾ ਤੁਹਾਨੂੰ ਕੀ ਲੱਗਦਾ ਕੋਈ ਕੜੀ ਉਸ ਦੇ ਨਾਲ ਤਾਂ ਨਹੀਂ ਜੁੜਦੀ, ਜਾਂ ਉਸ ਦਾ ਕੀ ਇੰਪੈਕਟ ਹੈ, ਜਾਂ ਕਰਨ ਅਵਤਾਰ ਸਿੰਘ ਦਾ ਹੁਣ ਕੀ ਬਣੇਗਾ, ਉਹਨਾਂ ਦੀ ਕੀ ਪੋਸਟ ਦਾ ਇਸ ਬਾਰੇ ਕੀ ਤੁਸੀਂ ਸਮਝਦੇ ਹੋ? ਉਹਨਾਂ ਨੇ ਇਸ ਤਰ੍ਹਾਂ ਹੀ ਹੈ ਕਿ ਵੈਸੇ ਤਾਂ ਉਹਨਾਂ ਨੇ ਰਿਟਾਇਰ ਹੋਣਾ ਹੀ ਸੀਗਾ ਜੀ, ਪਰ ਇੰਨੀ ਜਲਦੀ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਇਹ ਅਪੁਆਇੰਟਮੈਂਟ ਕੀਤੀ ਗਈ ਹੈ ਤਾਂ ਉਹਦਾ ਕਾਰਨ ਇਹ ਲੱਗਦਾ ਕਿ ਜਿਹੜਾ ਕੰਟਰੋਵਰਸੀ ਸੀ ਪਿਛਲੇ ਸਮੇਂ ਚ ਹੋਈ, ਬਿਲਕੁਲ ਇੱਕ ਤਾਂ ਉਹ ਲੱਗਦਾ ਕਿ ਉਦੋਂ ਸ਼ਾਇਦ ਜਿਹੜੀ ਸੈਟਲਮੈਂਟ ਹੋਈ ਸੀ ਜਾਂ ਜਿਹੜੀ ਗੱਲਬਾਤ ਦਾ ਨਿਬੇੜਾ ਹੋਇਆ ਸੀਗਾ ਜਦੋਂ ਇਹ ਸੀ ਚੀਫ ਸੈਕਟਰੀ ਨਵਾਜ਼ ਮੰਗ ਲਈ, ਤਾਂ ਸ਼ਾਇਦ ਉਹ ਨਿਬੇੜਾ ਕਰਕੇ ਹੋਇਆ ਸੀ ਵੀ ਕੋਈ ਗੱਲ ਨੀ ਇਹਨਾਂ ਦੇ ਚਲੇ ਜਾਣਾ, ਇਹਨਾਂ ਨੂੰ ਅਸੀਂ ਸਮੇਂ ਤੋਂ ਪਹਿਲਾਂ ਹੀ ਭੇਜ ਦਾਂਗੇ। ਠੀਕ ਹੈ, ਸ਼ਾਇਦ ਸੀਐਮ ਨੇ ਇਹਨਾਂ ਨੂੰ ਇੰਸ਼ੋਰੈਂਸ ਦਿੱਤੇ ਹੋਵੇ ਕਹਿੰਦੇ, ਪਰ ਉਹਨਾਂ ਦੇ ਬਾਰੇ ਇਹ ਚਰਚਾ ਹੈਗੀ ਹੈ ਕਿ ਕਰਨੇ ਸਿੰਘ ਨੂੰ ਕਿਸੇ ਜਿਹੜੀ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦੀ ਮਿਲ ਸਕਦਾ, ਹੋ ਸਕਦਾ ਪ੍ਰੀਮ ਚੋਰ ਰਿਟਾਇਰਮੈਂਟ ਨੂੰ ਲੈ ਲੈਣ ਜਾਂ ਈਵਨ ਜੇ ਫਾਰਮਲ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਚਰਚਾ ਪਿਛਲੇ ਦਿਨ ਅਖਬਾਰਾਂ 'ਚ ਕਿ ਜਿਹੜੀ ਵਾਟਰ ਰੈਗੂਲੇਟਰੀ ਅਥਾਰਟੀ ਬਣਾਈ ਹੈ ਪੰਜਾਬ ਦੀ ਜੀ ਜੀ, ਉਹਦਾ ਚੇਅਰਮੈਨ ਬਣਾਇਆ ਜਾ ਸਕਦਾ ਜਾਂ ਕਿਤੇ ਇਹੋ ਜਿਹੇ ਅਹੁਦੇ 'ਤੇ ਉਹਨਾਂ ਨੂੰ ਐਡਜਸਟ ਕੀਤਾ ਜਾ ਸਕਦਾ, ਕਿਉਂਕਿ ਉਹ ਚੀਫ ਮਿਨਿਸਟਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਨਾਲ ਉਹਨਾਂ ਦੀ ਗੁੱਡ ਬੁੱਕਸ ਰਹੇ ਨੇ, ਉਹਨਾਂ ਦੇ ਨਾਲ ਉਸ ਤਰ੍ਹਾਂ ਦਾ ਕੋਈ ਕਲੈਸ਼ ਨਹੀਂ ਆਇਆ ਉਹਨਾਂ ਦਾ, ਉਹਨਾਂ ਨੂੰ ਬਾਅਦ 'ਚ ਵੀ ਹੁਣ ਉਸ ਤੋਂ ਬਾਅਦ ਹੀ ਕੰਮ ਕਰਦੇ ਰਹੇ ਨੇ। ਠੀਕ ਹੈ, ਸੋ ਇਸ ਕਰਕੇ ਉਹਨਾਂ ਦਾ ਤਾਂ ਇਹ ਲੱਗਦਾ ਕਿ ਵਾਇਆ ਮੀਡੀਆ ਇਹੀ ਕੱਢਿਆ ਗਿਆ। ਠੀਕ ਹੈ, ਤੇ ਹੋਰ ਕੀ ਕਾਰਨ ਹੈ ਕਿਉਂ ਉਹਨਾਂ ਨੂੰ ਇੱਡੀ ਜਲਦੀ ਕੀਤਾ ਗਿਆ ਫਾਰਕ ਤੇ ਇੱਕਦਮ, ਹਜੇ ਤੁਹਾਡੀ ਫਿੱਟ ਵੇਟ ਵੀ ਕੀਤਾ ਜਾ ਸਕਦਾ ਸੀ। ਠੀਕ ਹੈ, ਇਹ ਤਾਂ ਕਿਹਾ ਜਾ ਸਕਦਾ, ਪਰ ਇਹ ਹੈ ਕਿ ਦੋ ਹੋਰ ਸੀਨੀਅਰ ਉਹਨਾਂ ਵਿਭਾਜਨ ਤੋਂ ਉੱਪਰ ਦੋ ਹੋਰ ਸੀਨੀਅਰ IAS ਅਫਸਰ ਨੇ ਜਿਹਨਾਂ ਨੂੰ ਇਸ਼ੂ ਕੀਤਾ ਗਿਆ, ਤੇ ਉਸ ਇਸ ਕਰਕੇ ਉਹ ਇਹ ਹੈਗਾ ਕਿ ਵੈਸੇ ਪਿਛਲੇ ਦਿਨਾਂ 'ਚ ਜਦੋਂ ਜਿਹੜੇ ਐਡਮਿਨਿਸਟ੍ਰੇਟਿਵ ਸਰਕਲ ਸੀ ਪੋਲੀਟੀਕਲ ਸਰਕਲ ਸੀ ਚਰਚਾ ਚੱਲਦੀ ਸੀਗੀ ਵੀ ਕੌਣ ਕੌਣ ਹੋ ਸਕਦੇ ਨੇ ਚੀਫ ਸੈਕਟਰੀ, ਤਾਂ ਇਹਨਾਂ ਦਾ ਨਾਂ ਵਿਨੀ ਮਹਾਜਨ ਦਾ ਉਹ ਜਦੋਂ ਦਾ KVS ਸਿੱਧੂ ਨੂੰ ਜੀ ਰੈਵਨਿਊ ਤੋਂ ਹਟਾ ਕੇ ਤੇ ਰੈਵਨਿਊ ਜਿਹੜੇ FCR ਦੀ ਪੋਸਟ ਤੋਂ ਹਟਾ ਕੇ ਉਹਨਾਂ ਨੂੰ ਸਿਰਫ ਜਿਹੜਾ ਮੈਗਜ਼ੀਪਾ ਦਾ ਚਾਰਜ ਦਿੱਤਾ, ਤਾਂ ਉਦੋਂ ਅੰਦਾਜ਼ਾ ਲੱਗਣ ਲੱਗ ਗਿਆ ਸੀ ਕਿ ਹੁਣ ਜਿਹੜੇ ਰੇਸ ਦੇ ਲਈ ਚੀਫ ਸੈਕਟਰੀ ਵਾਸਤੇ ਹੈਗੀ ਉਹਦੇ 'ਚ ਵਿਨੀ ਮਹਾਜਨ ਸਭ ਤੋਂ ਅੱਗੇ ਨੇ। ਠੀਕ ਹੈ, ਕਿਉਂਕਿ ਵਿਨੀ ਮਹਾਜਨ ਦਾ ਇੱਕ ਤਾਂ ਮੈਂ ਜਿਵੇਂ ਦੱਸ ਕੇ ਹਟਿਆ ਵੀ ਇਹਨਾਂ ਦੇ ਕਿੰਤੂ ਪ੍ਰੰਤੂ ਕੋਈ ਨਹੀਂ ਹੋਏਗਾ ਐਡਮਿਨਿਸਟ੍ਰੇਟਿਵ ਤੌਰ ਤੇ, ਉਹਨਾਂ ਦੀ ਕਾਬਲੀਅਤ ਤੇ ਉਹਨਾਂ ਦੀ ਪੋਜੀਸ਼ਨ ਤੇ ਉਹਨਾਂ ਦੇ ਐਕਸਪੀਰੀਅੰਸ ਤੇ ਉਹ ਕਿੰਤੂ ਪ੍ਰੰਤੂ ਨਹੀਂ ਹੋਏਗਾ। ਦੂਜਾ ਫਿਰ ਦਿੱਲੀ ਨਾਲ ਕਿਉਂਕਿ ਸੈਂਟਰ 'ਚ ਕੰਮ ਕੀਤਾ, ਸੈਂਟਰ 'ਚ ਰਾਬਤਾ ਰੱਖਣਾ ਸੈਂਟਰ ਨਾਲ, ਜਿਹੜਾ ਉਸ ਪੱਖੋਂ ਵੀ ਇਹਨਾਂ ਦੀ ਜਿਹੜੀ ਐਡੀਸ਼ਨ ਕੁਆਲੀਫਿਕੇਸ਼ਨ ਹੈਗੀ ਹੈ। ਤੇ ਦਿਨਕਰ ਗੁਪਤਾ ਵੀ ਜਿਹੜੇ ਗੁੱਡ ਬੁੱਕਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਜੀ, ਉਹਨਾਂ ਨੇ ਕਈ ਚੋਇਸ ਨੇ, ਸੋ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਜਿਹੜੀ ਵਰਕਿੰਗ ਵਾਸਤੇ ਉਹਨਾਂ ਨੂੰ ਲੱਗਦਾ ਇਹ ਹੋਰ ਲੱਗਦਾ ਹੋਇਆ ਕਿ ਇਹ ਇਸ ਵੇਲੇ ਦੀ ਸਭ ਤੋਂ ਅੱਛੀ ਚੋਇਸ ਹੈਗੀ, ਇਹ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੋਏਗਾ ਕਿ ਇਸ ਵੇਲੇ ਸਭ ਤੋਂ ਜਿਹੜੇ ਪ੍ਰੈਜੈਂਟ ਜਿਹੜੇ ਸੀਨੀਅਰ ਅਫਸਰ ਨੇ IAS ਉਹਨਾਂ ਦੇ ਵਿੱਚੋਂ ਉਹੀ ਦੇਖ ਰਿਹਾ ਸੀ ਜਦੋਂ ਟ੍ਰਾਂਸਫਰ ਆਰਡਰ ਦੇਖਦੇ ਹਾਂ ਤਾਂ ਇੱਥੇ ਇਹਨਾਂ ਦਾ ਇਹੀ ਲਿਖਿਆ ਗਿਆ ਕਿ
स्पेशल चीफ सैकटरी जो करण अवतार सिंह ने उन्होंने ट्रांसफर किया गया विनी महाजन जी की पोस्ट के उत्ते कर दिता गया। मतलब कि फेरबदल होया है, फेरबदल होया जो तुहाडी गल्लां ने कि दो तीन चीज़ें इहदे विच सामने आ सकदे ने। एक तो पिछला जो विवाद काफ़ी रहा सीगा उहदे विच भी वह चीज़ मुद्दा सामने आ सकदा ते कुछ चलो उन्होंने रिटायर भी होना पर फिर भी उस तो पहला एक बड़ा फेरबदल हो जाना एक पोस्ट तो उन्होंने ट्रांसफर कर दिता जाने एक अपने आप दे विच वड्डी गल हुंदी है। बल्ली जी जी हाँ बिल्कुल वो ता है ही ना वो ता रोल ता है ही है। हाँ और कोई फैक्टर है भी उन्होंने रिटायरमेंट तो होने तो अजे 2 महीने क्यों नहीं वेट की गई और बिल्कुल बिल्कुल इस तब तो वो लगता है। इस तो अलावा भी कोई फैक्टर है कोई कारण है ये नहीं कुछ क्या जा सकता है अजे हौली हौली गल सामने आने दी है बाद च आदि क्यों होया कि होया वो बहुत कित पोस्टिंग हुई है ऑर्डर इशू होने हुए थोड़ी देर पहले बिल्कुल जी। तो बड़े इंटरेस्टिंग गल है जी कि अगे सारे ऑर्डर चीफ सैकटरी के दस्तखत वटे होंगे होंगे ने। हाँ जी अज मैं बड़ा गौर देख रहा जी अज कि थले कि वालों हो गए ऑर्डर। हाँ जी ओहो जी वो अज सैक्रेटरी परसोनल वेद प्रताप जो कि हमने थोड़ी देर पहले सैकटरी परसोनल बने ने बिल्कुल बिल्कुल उन्होंने इस पक्ष तजर्बा है ठीक है उन्होंने इस गल की मुश्किल नहीं आएगी भी कोई पार्टी की सरकार है ये भी उन्होंने मुश्किल नहीं आएगी ठीक है तो प्रोफेशनल तौर पर सारे ने काम कर चुके ने। मैंने याद है कैप्टन कमलजीत सिंह भी उन्होंने मेरे ख्याल काम किया उदो किसी महकमे च ठीक है तो वो काफ़ी अच्छी उन्होंने जी छवि हैगी एज एडमिनिस्ट्रेटर। ठीक है ठीक है सो सारी जानकारी देने लई बलजीत जी तुहाडा बहुत बहुत धन्यवाद है। सो असी एक बार फिर तो दस दईए साडे दर्शकां नूं जिन्ने साडे नाल जुड़े हुए ने कि पंजाब दी बहुत एक सीनियर एक IAS अफसर जां आपां कहिंदे विनी महाजन जिन्हां नूं पंजाब दी नवीं चीफ सैकटरी दा अहुदा मिल गया ते होर खबरां लई तुसीं साडी वैबसाइट www. हांजी होर इशू कर दिया जी जी महीने दो महीने तक कुछ होर अफसर भी रिटायर होने वाले है ठीक है तो एक रिशफल जी है पंजाब की क्योंकि जो भी कोई चीफ सैकटरी नवा आता है तो कुदरती पसंद नापसंद भी होंगी है जरा अपना अमला अपने एडमिनिस्ट्रेटिव सैकटरी जोड़े है सैकटरी कोआर्डीनेशन सैकटरी परसोनल होर जो उन्होंने जी आपकी चॉइस भी होंगी है ना जी जी आपकी वर्किंग स्टाइल के हिसाब न होंगे भी कौन किस तरह के अफसर चाहिए ने जी सो यदा एक प्रैक्टिकल ये भी होएगा कि एक रीशफल होर जी है ब्यूरोक्रेट रीशफल वो असं एक्सपैक्ट कर सकते हैं कई लैवल की ठीक इस तो बाद ठीक वैसे तो हो ही नहीं दिन बदलियां होनी भी है काफ़ी कुछ जी जी पर एक रीशफल एक्सपैक्ट करा तो बाकी जरा यह है कि परसोनल महकमा तो होंगे चीफ सैकटरी को कोविड केस उधर ओपन करता लॉकडाउन रिलैक्स करता कर्फ्यू रिलैक्स करता कारोबार खोल रहे हैं दूजे पासे
ਜਿਹੜਾ ਹੈਗਾ ਆਪਣਾ ਵੱਧ ਰਹੇ ਨੇ ਕੇਸ ਦਿਨੋ ਦਿਨ ਪੰਜਾਬ ਚ ਮੌਤਾਂ ਵੀ ਵੱਧ ਰਹੀਆਂ ਨੇ, ਕੇਸ ਵੀ ਵੱਧ ਰਹੇ ਨੇ, ਸਾਰੇ ਮੁਲਕ ਵੀ ਵੱਧ ਰਹੇ ਨੇ। ਬਿਲਕੁਲ। ਸੋ ਆਪਣੇ ਆਪ ਤੇ ਐਡਮਿਨਿਸਟ੍ਰੇਟਿਵਲੀ ਇਸ ਵੇਲੇ ਕਿਉਂਕਿ ਦਫ਼ਤਰਾਂ 'ਚ ਪੂਰਾ ਜੇ ਸਟਾਫ ਵੀ ਨਹੀਂ ਕੰਮ ਕਰ ਰਿਹਾ ਬੜੀਆਂ ਉਹ ਨੇ, ਸੋ ਐਡਮਿਨਿਸਟ੍ਰੇਟਿਵਲੀ ਇਹ ਅਜੇ ਅਜੇ ਜਿਹੜਾ ਬੜਾ ਸਵਾਲ ਖੜਾ ਹੈ ਜੀ ਕਿ ਕਿਸ ਤਰ੍ਹਾਂ ਇਹ ਕੰਮ ਜਿਹੜਾ ਇਹ ਹੋਏਗਾ ਉਹਨਾਂ ਨੂੰ ਕਿਸ ਤਰ੍ਹਾਂ ਉਹ ਇਸ ਨੂੰ ਇਹ ਕਹਿ ਲਓ ਕਿ ਆਪਣੀ ਜਿਹੜੀ ਜ਼ਿੰਮੇਵਾਰੀ ਉਹ ਕਿਸ ਤਰ੍ਹਾਂ ਨਿਭਾਉਣਗੇ ਇਸ ਕੰਪਲੈਕਸ ਸਿਚੁਏਸ਼ਨ 'ਚ, ਇਹ ਉਹਨਾਂ ਵਾਸਤੇ ਵੱਡੀ ਚੁਣੌਤੀ ਹੈ। ਠੀਕ ਹੈ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਬਲਜੀਤ ਜੀ ਤੁਹਾਡਾ। ਬਲਜੀਤ ਜੀ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ, ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਬਲਜੀਤ ਬੱਲੀ ਜੀ ਐਡੀਟਰ ਬਾਬੂਸ਼ਾਹ.com ਜੁੜੇ ਸੀ, ਉਹਨਾਂ ਨੇ ਤਮਾਮ ਜਾਣਕਾਰੀ ਦਿੱਤੀ ਹੈ ਰਿਗਾਰਡਿੰਗ ਕਿ ਜੋ ਪੰਜਾਬ ਦੇ ਨਵੇਂ ਚੀਫ ਸੈਕਟਰੀ ਨੇ ਉਹ ਪੰਜਾਬ ਦੇ ਜੋ ਪਹਿਲੀ ਇੱਕ ਲੇਡੀ IAS ਅਫਸਰ ਨੇ ਉਹਨਾਂ ਨੂੰ ਲਾਇਆ ਗਿਆ, ਉਹ ਵਿਨੀ ਮਹਾਜਨ ਨੇ, ਪੰਜਾਬ ਦੇ DGP ਦਿਨਕਰ ਗੁਪਤਾ ਜੀ ਦੇ ਉਹ ਵਾਈਫ ਨੇ, ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਅੱਜ ਆਪਾਂ ਗੱਲ ਕਰ ਲਈਏ ਤਾਂ ਅੱਜ ਪੰਜਾਬ ਦੇ ਮੁੱਖ ਦੋ ਅਹੁਦੇ ਨੇ, ਜੋ ਇੱਕ ਪੰਜਾਬ ਦੇ DGP ਦਾ ਅਤੇ ਦੂਸਰਾ ਪੰਜਾਬ ਚੀਫ ਸੈਕਟਰੀ ਦਾ, ਅਤੇ ਦੋਨੇ ਇੱਕੋ ਹੀ ਪਰਿਵਾਰ ਦੇ ਵਿੱਚ ਨੇ। ਸੋ ਕਰਨ ਅਵਤਾਰ ਸਿੰਘ ਦੀ ਜੋ ਜਗ੍ਹਾ ਉਹ ਵਿਨੀ ਮਹਾਜਨ ਜੀ ਲੈਣਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਬੱਲੀ ਜੀ ਨੇ ਦੱਸਿਆ ਕਿ ਕਈ ਫੇਰ ਬਦਲ ਹੋਰ ਵੀ ਇੱਕ ਵੱਡੇ ਪੱਧਰ 'ਤੇ ਜੋ ਹੋਣ ਦੀ ਉਮੀਦ ਹੈ, ਉਹ ਰੀਸ਼ਫਲ ਵਗੈਰਾ ਹੋਣਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਕਿਹੜੇ ਕਿਹੜੇ ਅਫਸਰਾਂ ਦੀ ਕਿੱਥੇ ਕਿੱਥੇ ਜੋ ਇੱਕ ਡਿਊਟੀ ਹੈ ਉਹ ਕਿੱਥੇ ਲਗਾਈ ਜਾਂਦੀ ਹੈ। ਸੋ ਤਮਾਮ ਖਬਰਾਂ ਨੂੰ ਹੋਰ ਵੀ ਦੇਸ਼ ਦੁਨੀਆ ਦੀਆਂ ਖਬਰਾਂ ਦੇਖਣ ਲਈ ਅਤੇ ਪੜ੍ਹਨ ਲਈ ਸਾਨੂੰ ਬਾਬੂਸ਼ਾਹੀ ਟਾਈਮਸ TV YouTube ਦੇ ਉੱਤੇ ਫਾਲੋ ਕਰੋ, ਲਾਈਕ ਕਰੋ, ਅਤੇ ਫੇਸਬੁੱਕ ਸਾਡਾ ਜੋ ਚੈਨਲ ਹੈ ਉਸ ਦੇ ਉੱਤੇ ਵੀ ਜਾਓ, ਅਤੇ ਸਾਡੀ ਵੈਬਸਾਈਟ www.babushahi.com ਦੇ ਉੱਤੇ ਤੁਸੀਂ ਜਾ ਕੇ ਹੋਰ ਖਬਰਾਂ ਪੜ੍ਹ ਸਕਦੇ ਹੋ। ਧੰਨਵਾਦ।